ਗੱਲ ਸੁਣ, ਮੇਰੀ ਜ਼ਿੰਦਗੀ 'ਚ ਆਉਣ ਦਾ ਫੈਸਲਾ ਵੀ ਤੇਰਾ ਸੀ ਅਤੇ ਫਾਸਲੇ ਬਣਾਉਣ ਦਾ ਵੀ ਤੇਰਾ। ਕਿਉਂ ਫਿਰ ਦੱਸ, ਬਿਨਾਂ ਕਸੂਰੋਂ ਮੈਨੂੰ ਸਜ਼ਾ ਕਿਸ ਗੱਲ ਦੀ ਦਿੱਤੀ ਆ? ਤੂੰ ਸ਼ਬਦਾਂ ਰਾਹੀਂ ਮੇਰੇ ਦਿਮਾਗ 'ਚ ਉਤਰ ਗਿਆ, ਫਿਰ ਪਤਾ ਨਹੀਂ ਕਦੋਂ ਮੇਰੇ ਦਿਲ 'ਚ ਅਤੇ ਫਿਰ ਕਦੋਂ ਮੇਰੀ ਰੂਹ 'ਚ ਉਤਰ ਗਿਆ। ਜਦ ਮੈਂ ਆਪਣੇ ਆਪ ਵਿੱਚ ਮੈਂ ਨਾ ਹੋ ਕੇ ਤੂੰ ਹੋ ਗਈ, ਫਿਰ ਖਾਮੋਸ਼ੀ ਨਾਲ ਆਪਣਾ ਘਰ ਤੂੰ ਕਿਉਂ ਬਦਲ ਗਿਆ? ਸੁਲਗ ਰਹੀ ਹਾਂ ਮੈਂ ਜ਼ਿੰਦਗੀ ਦੀ ਕਸ਼ਮਕਸ਼ 'ਚ, ਕਿਉਂ ਤੂੰ ਮੇਰਾ ਬਣ ਕੇ ਕਰ ਮੇਰਾ ਕਤਲ ਗਿਆ? ਸੋਚੀ ਤੇਰੇ ਮੇਰੇ ਬਾਰੇ 'ਚ ਕਿਤੇ ਇਕੱਲਾ ਬੈਠ ਕੇ, ਕੋਈ ਦੂਰ ਆ ਜੋ ਤੇਰੇ ਲਈ ਇੱਕ ਰੋਬੋਟ ਬਣ ਗਿਆ, ਜਿਸ ਦੀਆਂ ਅੱਖਾਂ ਵੀ ਖੁੱਲੀਆਂ, ਸਾਹ ਵੀ ਚੱਲਦੇ ਆ, ਵਕਤ ਵੀ ਨਿਕਲ ਰਿਹਾ। ਬਸ ਇਸ ਰੋਬੋਟ ਦੀ ਤੂੰ ਇੱਕ ਟੈਗ ਲਾ ਤਾ ਕਿ ਕਮਲ ਇਜ਼ ਨੋ ਵਰ।